ਸਤਿ ਸ਼੍ਰੀ ਅਕਾਲ ਜੀ। ਆਪਾਂ ਜਿੱਦਾਂ ਗੱਲ ਕਰ ਰਹੇ ਇਲੈਕਸ਼ਨਾਂ 2022 ਦੀਆਂ, ਚੋਣਾਂ 2022 ਦੀਆਂ ਗੱਲਾਂ ਕਰ ਰਹੇ ਹਾਂ, ਇਹਦੇ ਇਲੈਕਸ਼ਨਾਂ ਦੌਰਾਨ ਜਿਹੜੇ ਹੈਗੇ ਇਲਜ਼ਾਮਬਾਜ਼ੀ, ਦੂਸਣਬਾਜ਼ੀ, ਜਿਹੜੇ ਇੱਕ ਦੂਜੇ ਉੱਤੇ ਆਰੋਪ ਲਗਾਉਣੇ ਜਿਹੜੇ ਹੈਗੇ ਆ, ਬਾਦਸਤੂਰ ਜਾਰੀ ਰਹਿੰਦੇ ਹੈਗੇ ਆ। ਇਸ ਸੰਬੰਧੀ ਜਿਹੜੀ ਹਲਕੇ ਦੇ ਵਿੱਚ ਐਰ ਕੀ ਇੱਕ ਨਵੀਂ ਗੱਲ ਇਹ ਆਈ ਹੈ ਕਿ ਜੋ ਦੀਪਿੰਦਰ ਸਿੰਘ ਢਿੱਲੋਂ ਹੈਗੇ ਆਪਣੇ ਕਾਂਗਰਸ ਦੇ ਜਿਹੜੇ ਉਮੀਦਵਾਰ ਹੈਗੇ ਆ, ਉਹਨਾਂ ਦੀ ਇੱਕ ਚਾਚਾ ਜੀ ਦੀ ਬੇਟੀ ਗੁਰਿੰਦਰ ਕੌਰ ਢਿੱਲੋਂ ਜੋ 35 ਸਾਲਾਂ ਦੇ ਹੈਗੇ ਆ, ਉਹਨਾਂ ਵੱਲੋਂ ਹਰ ਸਟੇਜ ਦੇ ਉੱਤੇ ਆਣ ਕੇ ਇੱਕ ਇਲਜ਼ਾਮ ਲਗਾਇਆ ਜਾਂਦਾ ਕਿ ਮੇਰੇ ਪਿਤਾ ਜੀ ਨੂੰ ਢਿੱਲੋਂ ਵੱਲੋਂ ਜਿਹੜਾ ਹੈਗਾ ਬੰਦੀ ਕੀਤਾ ਗਿਆ, ਬੰਦੀ ਬਣਾਇਆ ਗਿਆ ਹੈਗਾ, ਜਾਂ ਉਹਨਾਂ ਦੀ ਪ੍ਰੋਪਰਟੀ ਹੜੱਪਣ ਦੇ ਮਾਰੇ ਜਿਹੜੀ ਹੈਗੀ ਆ ਇੱਕ ਇਲਜ਼ਾਮ ਲਾਇਆ ਜਾ ਰਿਹਾ। ਔਰ NK ਸ਼ਰਮਾ ਵੱਲੋਂ ਜਿਹੜਾ ਹੈਗਾ ਬਾਰ ਬਾਰ ਉਹਨਾਂ ਨੂੰ ਸਟੇਜ 'ਤੇ ਲਿਆ ਕੇ ਜਿਹੜਾ ਅਨਾਊਂਸਮੈਂਟ ਕਰਾਈ ਜਾਂਦੀ, ਸਪੀਚ ਕਰਾਈ ਜਾਂਦੀ ਹੈਗੀ, ਜੋ ਹਮੇਸ਼ਾ ਹੀ ਆਪਣੇ ਪਰਿਵਾਰ ਦੇ ਖਿਲਾਫ ਜਿਹੜਾ ਬੋਲਦੇ ਹੈਗੇ ਔਰ ਇਲਜ਼ਾਮ ਲਗਾਉਂਦੇ ਹੈਗੇ ਆ। ਆਪਾਂ ਇਸ ਸੰਬੰਧੀ ਗੱਲ ਕਰਦੇ, ਸਾਡੇ ਨਾਲ ਜਿਹੜੇ ਦੀਪਿੰਦਰ ਸਿੰਘ ਢਿੱਲੋਂ ਦੇ ਚਾਚਾ ਜੀ ਹੈਗੇ ਆ ਗੁਰਿੰਦਰ ਸਿੰਘ ਢਿੱਲੋਂ, ਜਿਹਨਾਂ ਦੀ ਉਮਰ 76 ਸਾਲ ਹੈਗੇ ਆ ਔਰ ਐਡਵੋਕੇਟ ਜਨਰਲ ਵੀ ਰਹੇ ਹੈਗੇ ਆ, ਆਪਾਂ ਇਹਨਾਂ ਨਾਲ ਗੱਲਬਾਤ ਕਰਦੇ। ਢਿੱਲੋਂ ਸਾਹਿਬ, ਗੱਲ ਕੀ ਹੈਗੀ, ਅਸਲੀ ਕਾਰਨ ਕੀ ਆ? ਭਾਈ ਸਾਹਿਬ, ਇਸ ਤਰ੍ਹਾਂ ਵੀ ਮੇਰੀ, ਮੈਂ ਤੁਹਾਨੂੰ ਫੈਮਿਲੀ ਬੈਕਗਰਾਊਂਡ ਦੱਸਦਿਆਂ ਵੀ ਅਸੀਂ 4 ਭਰਾ ਸੀ ਔਰ 2 ਭੈਣਾਂ, ਜਿਹਦੇ ਵਿੱਚੋਂ ਸਭ ਤੋਂ ਵੱਡੇ ਭਾਈ ਮੇਰੇ ਇੱਕ ਸਾਹਿਬ ਫਰੀਦਕੋਟ ਰਹਿੰਦੇ ਸੀ, ਉਹ DO ਸਾਹਿਬ ਸੀਗੇ, ਡੈਥ ਹੋ ਗਈ। ਉਦੋਂ ਬਾਅਦ ਜਸਟਿਸ ਭੁਪਿੰਦਰ ਸਿੰਘ ਢਿੱਲੋਂ ਜੋ ਜੱਜ ਹਾਈਕੋਰਟ ਸੀਗੇ, ਔਰ ਉਹਨਾਂ ਦੀ ਵੀ ਡੈਥ ਹੋ ਗਈ 1981 'ਚ, ਔਰ ਉਹਦਾ ਬੇਟਾ ਇਹ ਦਪਿੰਦਰ ਸਿੰਘ ਢਿੱਲੋਂ ਆ ਜੋ ਇਲੈਕਸ਼ਨ ਲੜ ਰਿਹਾ ਕਾਂਗਰਸ ਤੋਂ, ਕਾਂਗਰਸ ਦਾ ਨੋਮੀਨੀ ਹੈ। ਅੱਛਾ ਜੀ। ਇਹ ਉਹਦਾ ਬੇਟਾ ਹੈ, ਨਿਹਾਇਤ ਸ਼ਰੀਫ ਆਦਮੀ ਹੈ, ਪਰਿਵਾਰਕ ਦੇ ਸੰਬੰਧ ਦੇ ਤੌਰ 'ਤੇ ਵੀ ਬਹੁਤ ਹੀ ਵਧੀਆ ਅਤੇ ਧੀਮਾ ਆਦਮੀ ਹੈ, ਮਿੱਠਾ ਆਦਮੀ ਹੈ। ਉਹਨੇ ਕਦੇ ਵੀ ਸਾਰੇ ਪਰਿਵਾਰ ਦੇ ਵਿੱਚ ਕਦੇ ਵੀ ਕਿਸੇ ਜੁਆਇੰਟ ਫੈਮਿਲੀ ਸਾਡੀ ਕਦੇ ਵੀ 1921 ਦੀ ਕੋਈ ਗੱਲ ਨਹੀਂ ਕੀਤੀ, ਕਦੇ ਵੀ ਕੋਈ ਲੈਣ ਨਾ ਦੇਣ ਨਾ ਦੂਜਾ ਨਾ ਤੀਜਾ ਨੈਗੇਟਿਵ ਗੱਲ ਦੀ ਉਹਦੀ ਅਪਰੋਚ ਹੈ ਹੀ ਨਹੀਂ। ਮੇਰਾ ਖਿਆਲ ਹਲਕੇ ਵਾਲੇ ਵੀ ਸਾਰੇ ਦੇਖ ਰਹੇ ਆ। ਉਦੋਂ ਬਾਅਦ ਰਹਿ ਗਈ ਮੇਰੇ ਤੀਸਰਾ ਭਾਈ ਸੀਗਾ ਜਸਮਤ ਸਿੰਘ ਢਿੱਲੋਂ, ਠੀਕ ਹੈ ਜੀ, ਉਹ ਵੀ MLA ਸੀਗੇ ਫਰੀਦਕੋਟ ਤੋਂ 1981 'ਚ ਉਹਨਾਂ ਦੀ ਡੈਥ ਹੋ ਗਈ। ਉਦੋਂ ਬਾਅਦ ਉਹਨਾਂ ਦਾ ਬੇਟਾ ਕੁਸ਼ਲਦੀਪ ਸਿੰਘ ਢਿੱਲੋਂ, ਉਹ 2 ਵਾਰੀ MLA ਰਿਹਾ, ਹੁਣ ਵੀ ਸਿਟਿੰਗ MLA ਹੈ, ਇਲੈਕਸ਼ਨ ਲੜ ਰਿਹਾ ਕਾਂਗਰਸ ਦੇ ਹਲਕੇ ਤੋਂ, ਉੱਥੋਂ ਫਰੀਦਕੋਟ ਤੋਂ ਆਫੀਸ਼ੀਅਲ ਨੋਮੀਨੀ ਹੈ। ਹਾਂਜੀ। ਚੌਥਾ ਭਰਾ ਮੈਂ 1971 ਦੇ ਵਿੱਚ ਆਪਦੀ ਵਕਾਲਤ ਕੀਤੀ ਸੀ, 1903 ਸਾਲ ਮੈਂ ਫਰੀਦਕੋਟ ਵਕਾਲਤ ਕੀਤੀ, 71 ਤੋਂ 74, 74 'ਚ ਮੇਰੀ ਮੈਰਿਜ ਹੋਈ, 74 'ਚ ਮੈਂ ਇੱਥੇ ਚੰਡੀਗੜ੍ਹ ਆਪਦਾ ਸ਼ਿਫਟ ਕਰ ਗਿਆ ਐਜ਼ ਐਡਵੋਕੇਟ। ਚੰਡੀਗੜ੍ਹ ਮੈਂ 74 ਤੋਂ ਲਗਾਤਾਰ ਇਹਦੇ ਪ੍ਰੈਕਟਿਸ ਕਰ ਰਿਹਾ, ਟੋਟਲ ਪ੍ਰੈਕਟਿਸ ਮੇਰੀ 52 ਸਾਲ ਦੀ ਹੋ ਗਈ, ਜਿਹੜੀ ਹਾਈਕੋਰਟ ਅਤੇ ਸੁਪਰੀਮ ਕੋਰਟ ਦੀ। ਮੈਂ ਐਡੀਸ਼ਨਲ ਐਡਵੋਕੇਟ ਚੱਲ ਰਿਹਾ 8-9 ਸਾਲ, ਔਰ ਉਦੋਂ ਬਾਅਦ ਮੈਂ ਆਪਦੀ ਪ੍ਰਾਈਵੇਟ ਪ੍ਰੈਕਟਿਸ ਕਰਦਾ। ਸੁਪਰੀਮ ਕੋਰਟ ਦਾ ਮੈਂ ਹੁਣ ਵੀ ਸਿਟਿੰਗ ਵਕੀਲ ਹੈ, ਬਾਰ ਦੇ ਬਾਰ ਮੈਂਬਰ ਦੇ ਵਿੱਚ ਮੈਂ, ਮੇਰੀ ਆਫੀਸ਼ੀਅਲ ਡਾਇਰੈਕਟਰੀ ਦੇ ਵਿੱਚ ਬਕਾਇਦਾ ਮੈਂਬਰ ਅਪੀਲ ਹੈ 30 ਸਾਲ ਤੋਂ, ਠੀਕ ਹੈ ਜੀ। ਮੈਂ ਆਪ ਖੁਦ ਕੇਸ ਕਰਦਾ, ਨਾਲ ਮੇਰੇ ਜੂਨੀਅਰ 2 ਰੱਖੇ ਹੈ। ਲੇਕਿਨ ਹੁਣ ਉਦੋਂ ਬਾਅਦ ਇਹ ਹੋਇਆ ਬਈ ਮੇਰੀ ਵਾਈਫ ਸੀ 1974 'ਚ ਮੈਰਿਜ ਹੋਈ ਸੀ, ਉਹਦੀ ਡੈਥ 2000 ਪੂਰੇ ਡੈਥ ਹੋ, 2000 'ਚ, ਠੀਕ ਹੈ ਜੀ। ਉਹਦਾ ਨਾਂ ਸੀ ਬਲਵਿੰਦਰ ਕੌਰ, ਠੀਕ ਹੈ ਜੀ। ਹਾਊਸ ਵਾਈਫ ਸੀ ਉਹਨੇ, ਉਹਦੀ ਕੋਈ ਇਨਕਮ ਨਹੀਂ ਸੀ। ਟੋਟਲ ਪ੍ਰੋਪਰਟੀ ਜਿਹੜੀ ਮੇਰੇ ਕੋਲ ਹੈ, ਮੇਰੇ ਕੋਲ 2 ਮਕਾਨ ਹੈ ਔਰ ਮੇਰੇ ਕੋਲ 2 ਸ਼ੋਰੂਮ ਹੈ, ਠੀਕ ਹੈ ਜੀ। ਸਾਰਿਆਂ ਦਾ ਵਾਹਦ ਮਾਲਕ, ਇਕੱਲੇ ਦਾ ਇਕੱਲਾ ਮੈਂ ਮਾਲਕ ਹੈ, ਠੀਕ ਹੈ ਜੀ। ਕੋਠੀ ਮੇਰੇ ਨਾਂ 'ਤੇ ਹੈ, 1 ਨਾਲ ਦੀ ਕੋਠੀ ਹੈ ਸੈਕਟਰ 10 ਚੰਡੀਗੜ੍ਹ 'ਚ, ਜਿਹਦਾ ਨੰਬਰ ਹੈ 133 ਨੰਬਰ, ਕੋਠੀ ਨੰਬਰ 133, ਸੈਕਟਰ 10A ਚੰਡੀਗੜ੍ਹ, ਠੀਕ ਹੈ ਜੀ। ਔਰ ਮੈਂ ਲਗਾਤਾਰ ਇਹ ਕੋਠੀ 79 'ਚ ਖਰੀਦੀ ਸੀ, 79 'ਚ, ਔਰ ਬਹਿਰਾਜ ਇਹ ਬੇਟੀ ਮੇਰੀ ਹੈ ਗੁਰਿੰਦਰ ਢਿੱਲੋਂ, ਇਹ 35 ਸਾਲ ਦੀ ਹੈ, ਇਹ ਪੈਦਾ ਹੋਈ 1985, ਠੀਕ ਹੈ ਜੀ। ਔਰ ਉਦੋਂ ਬਾਅਦ ਇਹਨੂੰ ਮੈਂ ਪੂਰਾ ਪੜ੍ਹਾਇਆ ਲਿਖਾਇਆ, ਇਹ ਕਲਾਸ ਐਜੂਕੇਸ਼ਨ ਦਿੱਤੀ ਹੈ, ਕਾਰਮਲ ਕੋਨਵੈਂਟ ਚੰਡੀਗੜ੍ਹ ਦਾ ਨੰਬਰ 1 ਲੜਕੀਆਂ ਸਕੂਲ ਸੀ, ਉੱਥੇ ਇਹਨੂੰ ਐਜੂਕੇਸ਼ਨ ਦਿੱਤੀ, PhD ਤੱਕ ਇਹਨੂੰ ਮੈਂ ਪੜ੍ਹਾਇਆ, ਠੀਕ ਹੈ ਜੀ। ਲੈ ਕੁੜੀ ਸੀ, ਐਨੀ ਹਾਓ ਲਵ ਮੈਰਿਜ ਪੈ ਗਈ, ਲਵ ਮੈਰਿਜ ਇਹਨੇ ਕਰਾ ਲਈ, ਬਾਪ ਨੂੰ ਪਤਾ ਨਹੀਂ ਸੀ, ਇਹਦੀ ਮਦਰ ਡੈਥ ਹੋਈ ਹੈ 1980 'ਚ, ਸੋਰੀ ਉਹ 2000 ਡੈਥ ਹੋਈ ਮਦਰ ਦੀ, ਮੇਰੀ ਵਾਈਫ ਸੀ ਉਹ, ਮੇਰਾ ਹੋਰ ਕੋਈ ਬੱਚਾ ਨਹੀਂ, ਮੇਰਾ ਕੋਈ ਲੜਕਾ ਨਹੀਂ, ਕੋਈ ਲੜਕੀ ਸਵਾਏ ਇਸ ਲੜਕੀ ਤੋਂ ਇਲਾਵਾ, ਠੀਕ ਹੈ ਜੀ। ਔਰ ਇਹ ਲੜਕੀ ਬਿਲਕੁਲ ਠੀਕ ਠਾਕ ਸੀ। ਦਪਿੰਦਰ ਢਿੱਲੋਂ ਨੇ ਇਹ 2014 'ਚ ਇਹਨੇ ਲਵ ਮੈਰਿਜ ਕਰਾਈ ਹੈ, ਜਿਹੜਾ ਮੈਨੂੰ ਪਤਾ ਨਹੀਂ ਸੀ, ਇੱਕੋ ਬੱਚਾ ਹੋਣ ਕਰਕੇ ਫਿਰ ਮੈਨੂੰ ਹਾਰ ਕੇ ਰੈਕੋਗਨਾਈਜ਼ ਕਰਨੀ ਪਈ ਮੈਰਿਜ, ਕਿਉਂ ਮੇਰੇ ਕੋਲ ਆਲਟਰਨੇਟਿਵ ਕੋਈ ਨਹੀਂ ਸੀ, ਠੀਕ ਹੈ ਜੀ। ਤਾਂ ਇੱਕੋ ਬੱਚਾ ਹੋਣ ਕਰਕੇ ਮੈਂ ਕਿਹਾ ਵੀ ਚਲੋ ਇਹਨੂੰ ਜੋ ਵੀ ਹੈ, ਤੁਹਾਡੀ ਮਰਜ਼ੀ ਦੇ ਵਿਰੁੱਧ ਵਿਆਹ ਕਰਾਇਆ, ਮੇਰੀ ਮਰਜ਼ੀ ਦੇ ਵਿਰੁੱਧ ਵਿਆਹ ਕਰਾਇਆ, ਠੀਕ ਹੈ ਜੀ। ਮੈਨੂੰ ਪਤਾ ਹੀ ਨਹੀਂ,
पता ही नहीं मैनू बस। तो ये उदू बाद चलो मैं रैकोगनाइज किया बाप है करना पैंदा बच्चे खातर सब ठीक ठाक सी। उदू बाद रैकोगनाइज मैं कर लिया 2014 जी डैथ अपना गई है शादी कराई ने 2015 हार के मैं रैकोगनाइज कर लिया। पहले मैं साल नाराज रहा नो डाउट, फिर उदू बाद कोई वे आउट नहीं सी, सारे भैन भरावान ने सारे रिश्तेदार ने जिद काका भी सी इन्हें भी समझाया भी कोई और चारा नहीं गा इन जो भी है रैकोगनाइज काका मतलब दीपेंद्र सिंह ढिल्लों। हाँ जी सारे भैन भरावान ने कहा भी होर कोई वे आउट नहीं तो रैकोगनाइज करो कोई गल नहीं आपे आप कौन गए खाण गए। ठीक है जी। उस दिन तो मैं बच्चे मैं सपोर्ट कर रहा लड़की आप दी। ठीक है जी। लगातार पैसे दे रहा मैं। ठीक है। 2000 मकान मैं तुम दसिया मैं खरीदया 2019-1979 च। ठीक है। ओ मैं रह रहा लगातार मेरा इकला मालिक है मेरे नाँ के मकान है वो किसी का कोई दुपिंदर सिंह ढिल का कोई रोल नहीं कोई लैंड नहीं देन नहीं ना मेरे किसी होर भैन भरा। ठीक है जी। ये सारिया प्रॉपर्टी जी मेरी अपनी जाती मेरी कमाई भी है मेरी आपकी सैल्फ क्वाइट प्रॉपर्टी है इनकम जो मैं वकालत करके ये पैसे जोड़ के सारी बनाई है। ठीक है। उस तो बाद मैं दो शोरूम बनाए हूँ मनी मायरे 1006-1007। ठीक है। मोटर मार्केट मनी मायरा ये सिर्फ 1.5 साल पहले ही बनाए साल पहले ही ते ओ सारे उदे सुप्रीम कोर्ट तक मैं मुकदमे लड़े उदे मैं रिज्यूम्ड प्लाट सीगे दोवें ये खरीदे सी 2003 च। ठीक है जी। और सारिया किश्तां दित्तियां सुप्रीम कोर्ट तक मैं मुकदमे लड़ के वो मैं रिस्टोर कराए प्रॉपर्टियां ते उदू बाद उन्होंने कंस्ट्रक्शन की। ठीक है। और उत्ते भी मेरा 1.5-2 करोड़ रुपये लगा किसी ने मैं ना किसी तो हैल्प ली किसी भैन भरा तो ना ये सिर्फ मेरी आपकी सैल्फ क्वाइट थी जेडे मैं आपकी सारी उम्र की लाइफ की सेविंग कट्ठिया कीतिया मैं दो शोरूम बनाए। ठीक है जी। 2003 दे विच मैं कसौली खरीदी सी कसौली मेरा एक छोटा जिहा घर है एक नाल की जगह है उत्थे मैं आपका फ्लैट बनाया। ठीक है जी। घर मेरा हैगा मेरे नाँ ते। ठीक है जी। कोई पहला कोई रौला नहीं सी बच्चे नाल कख नहीं सी ये 4-6 महीनों का कितने शर्मे के कॉन्टैक्ट आई है शर्मा नौकर एन के शर्मा। अच्छा जी। जिहड़ा इतों का लोकल MLA भी रहा वजीर भी रहा 10 साल का वो कितने कॉन्टैक्ट किसी ने उन्होंने समझाया उन्हें कॉन्टैक्ट किया मेरी लड़की ये उतों चंडीगढ़ तो चक के लिया हूँ तक काके ने 2014 जो घर छड़ के गई है उदू बाद 3 इलैक्शन ला लिया और तिना इलैक्शन कदे कोई ये गल कद हो ही नहीं भी काके की कोई मुखालफत करना ही कोई गल हो कोई मेरे ते गिला हो लड़की नू। ठीक है जी। और मैं वह रेगूलर उन्होंने सपोर्ट कर रहा सपोर्ट करना करता रहना क्यों मेरे को होर कोई आल्टरनेटिव नहीं। 2014 वकालत है मेरी मेनू कब्जे च कौन रख सकता है नाले मेरा भतीजा मैनू कब्जे रखूगा मैं खुद ओहदा चाचा है ओहदे कोल तां टाइम ही नहीं किसे कोले आउण दा जाण दा सी सब बिजी है मैं आपदी वकालत च बिजी है वह आपदे कम्मां धंदा च पॉलिटिक्स च बिजी है फरीदकोट वाले मुंडा जिहड़ा मेरा भतीजा वह अड बिजी ने। ढिल्लों साहब अजिहा की कारण आ कि उहनूं NK शर्मा दी स्टेज ते जाणा पिया और सारे परिवार के खिलाफ आरोप लाने पए ए चक के लिया शर्मा शर्मे की मेहरबानी है बड़ी घटिया ते सौड़ी सियासत है एदू कमीना बंदा मैं नहीं कहता कोई हो सकता हालांकि वह लख काके दुपिंदर सिंह ढिल्लों का पोलीटिकल अपोनेंट है लेकिन यहाँ घटिया सियासत नहीं उस शोभा नहीं दिंदी मैं अजे भी बार बार कहना वो जो सियाणा हो दोबारा उन लड़की स्टेजा से लिया की बजाय बंद कर दे काम ये पलेज नहीं जाना ये हर बंदा ही बुरा मना कोई काके दुपिंदर सिंह ढिल्लों नाल तेरी सियासी कोई लागडाट है कोई तेरी पोलीटिकल अपोनेंट है तू आपदी आपदे मैरिट ते आपदे कम्मां ते इलैक्शन लड़ इहदे च परिवार नूं वाड़न दा या परिवार नूं बच्चे नूं हिपनोटाइज करन दा
ਇਹ ਲੜਕੀ ਨੂੰ ਹਿਪਨੋਟਾਈਜ਼ ਕਰਨ ਦਾ ਤਾਂ ਕੋਈ ਮਤਲਬ ਹੀ ਨਹੀਂ ਉਹਦਾ। ਇੱਕ ਢਿੱਲੋ ਸਾਹਿਬ ਗੱਲ ਸਾਹਮਣੇ ਆਈ ਸੀ ਕਿ ਤੁਸੀਂ 2015 ਤੋਂ ਲੈ ਕੇ ਹੁਣ ਤੱਕ ਉਹਨਾਂ ਨੇ ਇੱਕ ਸ਼ੋਰੂਮ ਦਾ ਕਿਰਾਇਆ ਦਿੰਦੇ ਰਹੇ। ਮੈਂ ਸ਼ੋਰੂਮ ਦਾ ਮੈਂ ਉਹਨੂੰ ਪਹਿਲਾਂ ਮਕਾਨ ਦਾ ਕਿਰਾਇਆ ਦਿੰਦਾ ਸੀ, 2015 ਸਾਲ ਤੋਂ ਮੈਂ ਸ਼ੋਰੂਮ ਦਾ ਕਿਰਾਇਆ ਦੇ ਰਿਹਾ। ਮੈਂ ਉਹਨੂੰ 80,000 ਰੁਪਏ ਮਹੀਨਾ ਪਰ ਮੰਥ ਦੇ ਰਿਹਾ। ਅੱਛਾ ਜੀ। ਸਿਰਫ ਇਸ ਮਹੀਨੇ ਨੂੰ ਦਿੱਤਾ ਕਿਉਂ? ਕਿਉਂਕਿ ਇਹ ਮੈਨੂੰ ਪਤਾ ਲੱਗਿਆ ਵੀ ਇਹ ਸ਼ਰਮਾ ਉਹਨੂੰ ਚੱਕ ਲਿਆ, ਲੜਕੀ ਨੂੰ ਹਿਪਨੋਟਾਈਜ਼ ਕੀਤਾ ਉਹਨੂੰ, ਉਹਦਾ ਉਹਨੂੰ ਉਹਨੂੰ ਖਰਾਬ ਕੀਤਾ ਇਸ ਗੱਲ 'ਚ। ਅਤੇ ਇਹ ਸਿਰਫ ਕਾਕੇ ਦਵਿੰਦਰ ਸਿੰਘ ਢਿੱਲੋਂ ਜੋ ਮੇਰਾ ਭਤੀਜਾ ਉਹਦੇ ਨਾਲ ਦੁਸ਼ਮਣੀ ਕਮਾ ਰਿਹਾ। ਆਪਾਂ ਜੇ ਗੱਲ ਕਰੀਏ ਤੁਹਾਡੀ ਬੇਟੀ ਦੀ, ਉਹ ਹਮੇਸ਼ਾ ਇਹ ਗੱਲ ਕਹਿੰਦੀ ਹੈ ਕਿ ਮੈਨੂੰ ਜਿਹੜਾ ਹੈਗਾ ਪ੍ਰੋਪਰਟੀ ਹੜਪਣੀ ਜਾ ਰਿਹਾ ਦੀਪਿੰਦਰ ਸਿੰਘ ਢਿੱਲੋਂ। ਕੀ ਐਸੀ ਗੱਲ 'ਚ? ਦੀਪਿੰਦਰ ਦੇ ਢਿੱਲੋਂ, ਮੈਂ ਖੁਦ ਵਕੀਲ ਹੈ, ਦੀਪਿੰਦਰ ਢਿੱਲੋਂ ਨੂੰ ਕਦੇ ਵੀ ਵਿਰਾਸਤ ਨਹੀਂ ਜਾਏਗੀ ਜਿੰਨਾ ਚਿਰ ਮੇਰੀ ਲੜਕੀ ਜਿਉਂਦੀ ਹੈ। ਮੈਂ ਵਿਲ ਕੀਤੀ ਰਜਿਸਟਰਡ 2015 ਦੇ ਵਿੱਚ, ਮੈਂ ਅੱਜ ਕਾਗਜ਼ ਲਿਆ, ਮੈਂ ਲਗਾਤਾਰ 4 ਦਿਨ ਲਿਆਉਂਦਾ ਰਿਹਾ, ਉਹ ਕੁਦਰਤੀ ਮੁਲਾਕਾਤ ਨਹੀਂ ਹੋਈ। ਮੈਂ ਕੱਲ੍ਹ ਨੂੰ ਸਵੇਰੇ ਲਿਆ ਕੇ ਵਿਲ ਦੀ ਕਾਪੀ ਵੀ ਦਿਖਾ ਦੂੰਗਾ, ਡਾਕੂਮੈਂਟ ਜਿਹੜੇ ਪ੍ਰੋਪਰਟੀ ਮੇਰੇ ਨਾਂ 'ਤੇ ਸਾਰੀ, 4 ਪ੍ਰੋਪਰਟੀਆਂ, 2 ਸ਼ੋਰੂਮ ਔਰ 2 ਮੇਰੇ ਮਕਾਨ, 1 ਸੌਲੀ, 1 ਮੇਰੇ ਨਾਂ 'ਤੇ ਹੈ ਸਾਰੇ, ਉਹਨਾਂ ਨਾਂ 'ਤੇ ਬਿਲ ਕੀਤੀ, ਸਾਰੇ ਮੇਰੇ ਨਾਂ 'ਤੇ, ਸਾਰੀ ਵਿਲ ਉਹਦੇ ਨਾਂ 'ਤੇ ਕੀਤੀ ਹੈ, ਇਕੱਲੀ ਹੀ ਮੇਰੀ ਵਾਰਸ ਆ ਉਹ। ਇਸ ਚੀਜ਼ ਦਾ ਉਹਨਾਂ ਨੂੰ ਪਤਾ? ਉਹਨੂੰ ਪਤਾ, ਉਹਨੂੰ ਕਾਪੀ ਦਿੱਤੀ ਬਕਾਇਦਾ। ਇਹ ਸਿਰਫ ਉਹ ਬੇਵਕੂ ਬਣਾ ਰਿਹਾ ਆਪਣਾ ਨਿਕੇ ਸ਼ਰਮਾ, ਹਿਪਨੋਟਾਈਜ਼ ਕਰ ਲਿਆ। ਉਹ ਕਿਉਂ ਕਹਿ ਰਹੀ ਕਿ ਮੈਨੂੰ ਦੇ ਨਹੀਂ ਰਹੇ ਜਾਂ ਮੇਰੇ ਜ਼ਮੀਨ? ਮੈਂ ਤਾਂ ਦੱਸ ਰਿਹਾ ਵੀ ਉਹਦੇ ਚੱਕੇ ਦੇ ਵਿੱਚ ਆਈ ਵੀ ਹੈ, ਬੇਮਹਿਨਾ ਪਰਿਵਾਰ ਨੂੰ ਖਰਾਬ ਕਰ ਰਹੀ ਹੈ। ਸਾਡਾ ਕੋਈ ਭਰਾਵਾਂ ਦਾ ਭਤੀਜਿਆਂ ਦਾ ਕਦੇ ਵੀ ਕੋਈ ਰੌਲਾ ਨਹੀਂ ਹੋਇਆ। ਇਹ ਲੜਕੀ ਦਾ ਲਵ ਮੈਰਿਜ ਹੋਈ ਹੈ 2014 'ਚ, ਉਦੋਂ ਬਾਅਦ ਦਵਿੰਦਰ ਸਿੰਘ ਢਿੱਲੋਂ ਨੇ 3 ਇਲੈਕਸ਼ਨ ਲੜ ਲਈਆਂ, ਉਦੋਂ ਕੋਈ ਇਸ਼ੂ ਨਹੀਂ ਰਾਈਜ਼ ਹੋਇਆ, ਹੁਣ ਇਸ਼ੂ ਰਾਈਜ਼ ਹੋਣਾ ਸੀ। ਕਿਉਂ? ਇਹ ਇਹਨੂੰ ਕਿਸੇ ਨੇ ਬਕਾਇਆ ਪੜ੍ਹਾਇਆ ਔਰ ਇਹ ਸੌੜੀ ਸਿਆਸਤ ਕਰਕੇ ਉਹ ਲੜਕੀ ਨੂੰ ਚੰਡੀਗੜ੍ਹ ਤੋਂ ਲੈ ਕੇ ਆਇਆ। ਇਹ ਹੁਣ ਜਦੋਂ ਤੋਂ 1 ਮਹੀਨੇ ਤੋਂ ਐਨ ਕੇ ਸ਼ਰਮਾ ਦੀ ਸਟੇਜ 'ਤੇ ਜਾ ਕੇ ਨੌਂ ਸਕਾਰੇ ਜਾਂ ਇਲਜ਼ਾਮ ਲਾ ਰਹੇ, ਇਨ ਬਟਵੀਨ 1 ਮਹੀਨੇ ਦੇ ਵਿੱਚ ਤੁਹਾਡੀ ਮੁਲਾਕਾਤ ਹੋਈ? ਮੁਲਾਕਾਤ ਮੇਰੇ ਕੋਲ ਘਰ ਆਈ 2-3 ਵਾਰੀ, ਮੈਨੂੰ ਸਮਝਾਇਆ, ਮੈਨੂੰ ਕਿਹਾ, ਮੈਂ ਕਿਹਾ ਬੇਵਕੂ ਤੂੰ ਬੱਚੇ, ਤੂੰ ਕਾਕੇ ਦਵਿੰਦਰ ਸਿੰਘ ਢਿੱਲੋਂ ਦੀ ਕਿਉਂ ਮੁਕਾਬਲ ਕਰਦੀ ਹੈ? ਤੇਰਾ ਉਹਨਾਂ ਕੀ ਰੌਲਾ? ਉਹਨੂੰ ਵਿਰਾਸਤ ਜਾਣੀ ਹੈ, ਬਿਲ ਤੈਨੂੰ ਕੀਤੀ ਵੀ ਹੈ, ਤੂੰ ਵਾਰਸ ਹੈ। ਲੇਕਿਨ ਇੱਥੋਂ ਕਹਿ ਕੇ ਜਾਂਦੀ, ਮੁੜ ਕੇ ਫਿਰ ਉਹ ਜਾ ਕੇ ਉਹ ਹਿਪਨੋਟਾਈਜ਼ ਹੋ ਜਾਂਦੀ ਹੈ। ਇਹ ਤੁਹਾਡਾ ਕਹਿਣ ਦਾ ਮਤਲਬ ਕਿ ਉਹਨੂੰ ਮਿਸਗਾਈਡ ਕਰ ਰਿਹਾ? ਮਿਸਗਾਈਡ ਕਰ ਰਿਹਾ, ਬਿਲਕੁਲ ਟੋਟਲੀ ਮਿਸਗਾਈਡ ਕਰ ਰਿਹਾ। ਲੋਕਾਂ ਦੇ ਸਾਹਮਣੇ ਇਹ ਮਾੜਾ ਕੰਮ ਕਰ ਰਿਹਾ, ਇਹ ਵਿਖਾ ਰਿਹਾ ਵੀ ਇਹਨਾਂ ਦੀ ਆਪਸ 'ਚ ਢਿੱਡ 'ਚ ਬਈ ਢਿੱਲੋਂ ਬਹੁਤ ਮਾੜਾ ਆਦਮੀ ਹੈ, ਉਹ ਜਾਇਦਾਦ ਦੀ ਜੜਪੜ ਨੂੰ ਫਿਰਦਾ ਮੇਰੀ। ਨਹੀਂ, ਬਿਲਕੁਲ ਨਹੀਂ, ਮੈਂ ਇਕੱਲਾ ਰਹਿੰਦਾ, ਮੈਂ ਖੁਦ ਆਪਦੀ ਕੋਠੀ 'ਚ ਰਹਿੰਦਾ, ਮੇਰੇ ਨੌਕਰ ਨਾਲ ਰਹਿੰਦੇ ਨੇ, ਮੈਨੂੰ ਮੈਂ ਸਿਰਫ ਇਕੱਲਾ ਦੇ ਇਕੱਲਾ। ਲੜਕੀ ਨੇ ਜੋ ਵਿਆਹ ਕਰਾ ਲਿਆ ਇਹ ਆਪਦੇ ਅੱਡ ਰਹਿੰਦੀ ਹੈ। ਢਿੱਲੋਂ ਸਾਹਿਬ, ਆਪਾਂ ਜਿੱਦਾਂ ਇਲੈਕਸ਼ਨਾਂ 10-20 ਫਰਵਰੀ ਨੂੰ ਇਲੈਕਸ਼ਨਾਂ ਹੋਣੀਆਂ ਹੈਗੀਆਂ, ਹਰੇਕ ਆਦਮੀ ਜਿੱਦਾਂ ਹੈਗਾ ਅੱਜ ਦੀ ਡੇਟ 'ਚ ਇਹ ਸੋਚ ਰਿਹਾ ਕਿ ਢਿੱਲੋਂ ਬਹੁਤ ਮਾੜਾ ਬੰਦਾ ਜਾਂ ਢਿੱਲੋਂ ਹੈਗਾ, ਤੁਸੀਂ ਹਲਕੇ ਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ? ਮੈਂ ਹਲਕੇ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਬਈ ਇਹ ਜਿਹੀਆਂ ਜਿਹੀਆਂ ਛਾਤਰ ਚਾਲਾਂ ਤੋਂ ਬਚੋ, ਇਹ ਸਭ ਤੋਂ ਘਟੀਆ ਸੌੜੀ ਸਿਆਸਤ ਹੈ। ਇੱਥੋਂ ਸਾਬਤ ਹੁੰਦਾ ਕਿ ਇਹਦੇ ਹਾਰਨ ਦੇ ਦਿਨ ਨੇੜੇ ਆ ਗਏ, ਇਹਦਾ ਪੱਤਣ ਲੱਗਣ ਦੇ ਨੇੜੇ ਦਿਨ ਨੇੜੇ ਆ ਗਏ, ਕਿਉਂਕਿ ਇਹ ਜੀ ਘਟੀਆਂ ਸਿਆਸਤ। ਕਮ ਸੇ ਕਮ ਇਹਨੇ 3 ਵਾਰੀ ਪਹਿਲਾਂ ਇਲੈਕਸ਼ਨ ਲੜਿਆ ਹੈ, ਐਨ ਕੇ ਸ਼ਰਮਾ ਇਹਨੇ ਨਹੀਂ ਸੀ ਕੀਤੀ। ਐਤਕੀ ਇਹ ਕਿਉਂ ਕੀਤੀ, ਕੀ ਕੀਤੀ, ਇਸ ਬਾਰੇ ਮੈਂ ਦੱਸ ਨਹੀਂ ਸਕਦਾ। ਲੇਕਿਨ ਇਹ ਪੱਕੀ ਗੱਲ ਹੈ ਵੀ ਸਾਡੇ ਆਪਸ 'ਚ ਕੋਈ ਰੌਲਾ ਨਹੀਂ। ਦਵਿੰਦਰ ਸਿੰਘ ਨੇ ਢਿੱਲੋਂ ਨੇ ਮੈਨੂੰ ਕਦੇ ਵੀ ਕੋਈ ਮਾੜੀ ਚੰਗੀ ਗੱਲ ਕਦੇ ਨਹੀਂ ਕਹੀ, ਨਾ ਉਹਦਾ ਨੱਪਣ ਪ੍ਰੋਪਰਟੀ ਦਾ ਸਵਾਲ ਨਹੀਂ ਬਣਦਾ। ਮੈਂ ਉਹਦਾ ਚਾਚਾ ਹੈ, ਮੈਂ ਉਹਦਾ ਕੋਈ ਯਾਰ ਤਾਂ ਹੈ ਨਹੀਂ ਗਾ, ਜਾਂ ਮੇਰੀ ਉਹਨਾਂ ਕੋਈ ਲਾਗ ਡਾਟ ਹੋਵੇ, ਨਹੀਂ। ਮੇਰੀ ਸਾਡੇ ਸਾਰੇ ਭਰਾਵਾਂ 'ਚ ਕਿਸੇ ਦੀ ਲਾਗ ਡਾਟ ਨਹੀਂ ਸੀ। ਤੁਹਾਨੂੰ ਕੀ ਲੱਗਦਾ ਕਿ ਐਨ ਕੇ ਸ਼ਰਮਾ ਕਰਕੇ ਆਪਣੀ ਹਾਰ ਨੂੰ ਦੇਖਦਾ ਹੈ? ਬਿਲਕੁਲ 100% ਉਹ ਐਤਕੀ ਬੁਰੀ ਤਰ੍ਹਾਂ ਹਾਰੇਗਾ। ਇਸ ਕਰਕੇ ਘਟੀਆ ਸੌੜੀ ਸਿਆਸਤ, ਕਮੀਨੀ ਸਿਆਸਤ, ਜਿਹੜੀ ਕਿ ਉਹਨੂੰ ਨਹੀਂ ਸੀ ਕਰਨੀ ਚਾਹੀਦੀ, ਉਹ ਕਰ ਰਿਹਾ। ਅਜੇ ਵੀ ਮੈਂ ਉਹਨੂੰ ਇਹ ਸਮਝਾ ਰਿਹਾ, ਸ਼ਰਮੇ ਨੂੰ ਮੱਤ ਦੇ ਰਿਹਾ ਵੀ ਇਹ ਘਟੀਆ ਕੰਮ ਕਰਨੇ ਬੰਦ ਕਰ ਦੇ, ਤੇਰਾ ਕੋਈ ਧਰਮ ਨਹੀਂ ਬਣਦਾ। ਲੜਕੀ ਦਾ ਨਾ ਇੱਥੇ ਜਾਇਦਾਦ, ਨਾ ਲੜਕੀ ਦਾ ਕੋਈ ਪੋਲੀਟੀਕਲ ਕੈਰੀਅਰ, ਨਾ ਉਹਦਾ ਕੋਈ ਪ੍ਰੋਪਰਟੀ, ਨਾ ਉਹਦੀ ਕੋਈ ਵੋਟ, ਨਾ ਉਹਦਾ ਕੋਈ ਰਿਸ਼ਤੇਦਾਰ ਇੱਥੇ ਲੜਕੀ ਦਾ ਇਨਲਾਦ ਵਾਲੇ ਪਾਸਿਓਂ। ਤੂੰ ਕਾਹਦੇ ਲਈ ਇੱਥੇ ਆਉਣੀ ਹੈ? ਕਿਉਂ? ਕਿਉਂਕਿ ਇਹ ਸ਼ਰਮੇ ਨੂੰ ਪਤਾ ਉਹ ਕਿਵੇਂ ਲਿਆ ਚੁਕਾ ਕੇ। ਤੁਸੀਂ ਹੁਣ ਸਾਡੀ ਇਸ ਦਰਸ਼ਕ ਜਿਹੜੇ ਸਾਡੇ ਦੇਖਦੇ, ਤੁਸੀਂ ਇਹ ਕਹਿਣਾ ਚਾਹੁੰਦੇ ਕਿ ਤੁਹਾਡੀ ਬੇਟੀ ਸਟੇਜ ਦੇ ਉੱਤੇ ਝੂਠ ਬੋਲਦੀ ਹੈ? ਮੇਰੀ ਬੇਟੀ ਬਿਲਕੁਲ ਝੂਠ ਬੋਲਦੀ ਹੈ, ਹਿਪਨੋਟਾਈਜ਼ ਕੀਤੀ ਵੀ ਹੈ, ਸਿਰਫ ਸ਼ਰਮੇ ਦੇ ਕਹਿਣ 'ਤੇ ਬੋਲ ਰਹੀ ਹੈ। ਸ਼ਰਮੇ ਦੀ ਘਟੀਆ ਸਿਆਸਤ ਹੈ, ਇਹ ਦੁਖ ਕਮੀਨੀ ਗੱਲ ਸ਼ਰਮਾ ਵਾਸਤੇ, ਕੋਈ ਹੋਰ ਨਹੀਂ ਚਾਹੀਦਾ।
चलो ये सन साढ़े नाल दीपिंदर सिंह ढिल्लों के चाचा जी गुरविंदर सिंह ढिल्लों जिन्हां ने जिन्हां की बेटी हर टाइम जी स्टेज पर हरेक स्टेज पर एन के शर्मा जी स्टेज के उत्ते जिहड़े हैगे अपने परिवार के खिलाफ जिहड़े हैगे आ बोलते सी और प्रॉपर्टी ना दिते जाण दा जिहड़ा इल्जाम लाए सी उन्हां दे चाचा उन्हां दे फादर साहब ने जिहड़े हैगे काफ़ी गल्लां जिहड़ियां क्लीयर कीतियां अगली जो भी गलबात होगी आपां तुहाडे नाल सांझी करांगे सुखविंदर सैणी।